ਕੀ ਤੁਹਾਡਾ ਵੀ ਜਿਹੜਾ ਚੌਥਾ ਤੇ ਪੰਜਵਾਂ ਲੜਦੇ ਉਹ ਜਿਹੜਾ ਮੋਟਾ ਹੋ ਜਾਂਦਾ? ਕੀ ਤੁਹਾਡੀ ਵੀ ਜਿਹੜੀ ਪੱਗ ਦੀ ਸ਼ੇਪ ਹੈ ਉਹ ਸਹੀ ਨਹੀਂ ਆਉਂਦੀ? ਕੀ ਤੁਹਾਡੇ ਵੀ ਜਿਹੜੇ ਲੜ ਪਿੰਚ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਹੈ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਤੁਹਾਡਾ ਆਪਣਾ ਅਜੇ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਰਸਾ ਕਿੰਗ ਪਗੜੀ ਚੈਨਲ ਤੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਨ ਮਿਲਿਆ ਏਦਾਂ ਹੀ ਪਿਆਰ ਬਣਾਈ ਰੱਖੋ ਤੁਹਾਡੇ ਪਿਆਰ ਦੀ ਸਪੋਰਟ ਦੇ ਨਾਲ ਹੀ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਹੋਣ ਵਾਲੀ ਹੈ ਜਿਹੜੀ ਉਹ ਹੋਣ ਵਾਲੀ ਚੌਥਾ ਤੇ ਪੰਜਵਾਂ ਲੜ ਵੀਰੇ ਮੇਰਾ ਮੋਟਾ ਹੋ ਜਾਂਦਾ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤੇ ਹੈ ਵੀਰ ਚਾਰ ਪੰਜ ਵੀਡੀਓ ਦੇ ਥੱਲੇ ਕਮੈਂਟ ਆਏ ਹੋਏ ਨੇ ਕਿ ਵੀਰੇ ਚੌਥਾ ਤੇ ਪੰਜਵਾਂ ਲੜ ਜਿਹੜਾ ਮੇਰਾ ਮੋਟਾ ਹੋ ਜਾਂਦਾ ਤੇ ਮੈਂ ਉਸ ਵੀਰਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਅੱਜ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਕਿ ਲੜ ਆਪਣਾ ਮੋਟਾ ਕਦ ਵਾਸਤੇ ਹੁੰਦਾ ਤੇ ਲੜ ਦੀ ਜਿਹੜੀ ਹੈ ਪੱਗ ਦੀ ਜਿਹੜੀ ਹੈ ਉਹ ਸ਼ੇਪ ਕਿਉਂ ਨਹੀਂ ਬਣਦੀ ਲੜ ਦੇ ਨਾਲ ਹੀ ਪੱਗਾਂ ਦੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਬਣਨੀ ਹੈ ਕਿਉਂਕਿ ਜਿਹੜੇ ਜਦੋਂ ਆਪਾਂ ਮੋਟਾ ਲੜ ਜਦੋਂ ਥੱਲੜੇ ਪਾਸੇ ਰੱਖਦੇ ਹਾਂ ਉਦੋਂ ਆਪਣਾ ਉਹ ਲੜਕੀ ਹੈ ਆਪਣੀ ਪੱਗ ਦੀ ਸ਼ੇਪ ਸਹੀ ਨਹੀਂ ਬਣਨ ਦਿੰਦਾ ਠੀਕ ਹੈ ਅੱਜ ਤੁਹਾਨੂੰ ਪੂਰਾ ਦੱਸਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਵੇ ਤੇ ਜਿਹੜੇ ਜਿਹੜੇ ਵੀਰਾਂ ਨੇ ਇੰਸਟਾ ਤੇ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਇੰਸਟਾ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰ ਲਓ ਸਰਸਾ ਕਿੰਗ ਪਗੜੀ ਚੈਨਲ ਤੋਂ ਨਾਮ ਤੋਂ ਆਪਣਾ ਇੰਸਟਾਗ੍ਰਾਮ ਆਈਡੀ ਹੈ ਤੇ ਅਜੇ ਸਿੰਘ ਦੇ ਨਾਮ ਤੋਂ ਆਪਣਾ ਜਿਹੜਾ ਹੈਗਾ ਫੇਸਬੁੱਕ ਆਈਡੀ ਹੈ ਠੀਕ ਹੈ ਜੀ ਉਹਨੂੰ ਜਾ ਕੇ ਫੋਲੋ ਜ਼ਰੂਰ ਕਰ ਲਓ ਤੇ ਨਵੇਂ ਨਵੇਂ ਵੀਡੀਓ ਲੈ ਕੇ ਇੱਦਾਂ ਹੀ ਆਉਂਦੇ ਰਹਾਂਗੇ ਫਿਰ ਵੀ ਕਿਸੇ ਵੀਰ ਨੂੰ ਪੱਗ ਬੰਨਦੇ ਟਾਈਮ ਪਰਨਾ ਬੰਨਦੇ ਟਾਈਮ ਕੋਈ ਵੀ ਦਿੱਕਤ ਆਵੇ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰੋ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਥੋੜ੍ਹੇ ਦਿਨ ਲੇਟ ਇਸ ਕਰਕੇ ਵੀਡੀਓ ਆਈ ਕਿਉਂਕਿ ਤੁਹਾਡਾ ਵੀਰ ਥੋੜ੍ਹਾ ਜਿਹਾ ਠੀਕ ਨਹੀਂ ਹੈਗਾ ਇਸ ਕਰਕੇ ਪਰਮਾਤਮਾ ਅੱਗੇ ਦੁਆ ਕਰਿਓ ਕਿ ਪਰਮਾਤਮਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜਲਦੀ ਜਲਦੀ ਮੈਨੂੰ ਠੀਕ ਕਰਨ ਤੇ ਆਪਾਂ ਹੋਰ ਇੱਦਾਂ ਦੀ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ ਅੱਜ ਵੀ ਤਬੀਅਤ ਥੋੜ੍ਹੀ ਸੈੱਟ ਨਹੀਂ ਹੈਗੀ ਲੇਕਿਨ ਆਪਾਂ ਜ਼ਰੂਰ ਵੀਡੀਓ ਬਣਾਵਾਂਗੇ ਸਾਰੇ ਵੀਰਾਂ ਨੂੰ ਜਿੱਦਾਂ ਪਤਾ ਹੀ ਹੈ ਕਿ ਪੱਗ ਦਾ ਬੇਸ ਬਹੁਤ ਜ਼ਰੂਰੀ ਹੈ ਪੱਗ ਦਾ ਬੇਸ ਤੇ ਪੱਗ ਦੀ ਪੂਣੀ ਇਹ ਦੋਨੇ ਚੀਜ਼ਾਂ ਨੂੰ ਤੁਸੀਂ ਪਹਿਲਾਂ ਦੇਖਣਾ ਉਸ ਤੋਂ ਬਾਅਦ ਪੱਗ ਬੰਨ੍ਹਣੀ ਸ਼ੁਰੂ ਕਰਨੀ ਹੈ ਤੇ ਜਿੱਦਾਂ ਜਿੱਦਾਂ ਵੀਰਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜਾ ਪਤਲੇ ਵਾਲਾ ਪਾਸਾ ਕਿਹੜਾ ਹੁੰਦਾ ਤੇ ਪਤਲੇ ਵਾਲਾ ਪਾਸਾ ਵੀਰੇ ਹੁੰਦਾ ਜਿਹੜਾ ਖੁੱਲ੍ਹਣ ਵਾਲਾ ਪਾਸਾ ਹੁੰਦਾ ਉਹ ਹੁੰਦਾ ਪਤਲੇ ਵਾਲਾ ਪਾਸਾ ਤੇ ਮੋਟੇ ਵਾਲਾ ਪਾਸਾ ਉਹ ਹੁੰਦਾ ਜਿੱਧਰ ਮਟੀਰੀਅਲ ਹੋਵੇ ਜਿੱਧਰ ਪੱਗ ਦਾ ਕੱਪੜਾ ਹੋਵੇ ਠੀਕ ਹੈ ਜੀ ਲਓ ਜੀ ਆਪਾਂ ਇੱਦਾਂ ਫੜ ਲਿਆ ਇੱਦਾਂ ਕਰਦੇ ਹੋਏ ਤੁਸੀਂ ਦੇਖੋ ਪਤਲੇ ਵਾਲਾ ਪਾਸਾ ਥੱਲੇ ਮੋਟੇ ਵਾਲਾ ਪਾਸਾ ਉੱਪਰ ਤੇ ਮੂੰਹ ਦੇ ਵਿੱਚ ਲੜ ਰੱਖਦੇ ਹੋਏ ਆਪਾਂ ਸਿਰ ਦੇ ਵਿਚਾਰੇ ਲੜ ਨੂੰ ਲੈ ਕੇ ਆਵਾਂਗੇ ਥੋੜ੍ਹੀ ਜਿਹੀ ਆਵਾਜ਼ ਠੀਕ ਨਹੀਂ ਹੈਗੀ ਤਬੀਅਤ ਨਾ ਠੀਕ ਹੋਣ ਕਰਕੇ ਤੇ ਥੋੜ੍ਹਾ ਜਿਹਾ ਐਡਜਸਟ ਕਰ ਲਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਲਓ ਜੀ ਆਪਾਂ ਤੁਸੀਂ ਦੇਖ ਸਕਦੇ ਹੋ ਪਹਿਲੇ ਲੜ ਦੇ ਵਿੱਚ ਹੱਥ ਇੱਦਾਂ ਕਰਕੇ ਰੱਖ ਲੈਣਾ ਤੇ ਮਟੀਰੀਅਲ ਸਾਰੇ ਨੂੰ ਇੱਦਾਂ ਬਰਾਬਰ ਜਿਹਾ ਕਰ ਲੈਣਾ ਇੱਕ ਪਾਸੇ ਮੋਟਾ ਨਹੀਂ ਰੱਖਣਾ ਤੇ ਉੱਪਰ ਵਾਲੇ ਲੜ ਨੂੰ ਆਪਾਂ ਥੋੜ੍ਹੇ ਜਿਹੇ ਥੱਲੇ ਖਿੱਚ ਕੇ ਅੰਦਰ ਵਾਲੀ ਸਾਈਡ ਨੂੰ ਫੋਲਡ ਕਰਾਂਗੇ ਅੰਦਰ ਵਾਲੀ ਸਾਈਡ ਫੋਲਡ ਕਰਨ ਦਾ ਤਰੀਕਾ ਤੁਸੀਂ ਦੇਖੋ ਇੱਦਾਂ ਹੱਥ ਫੇਰ ਲਿਆ ਇੱਥੋਂ ਆਪਾਂ ਕੀ ਕਰਨਾ ਇੱਦਾਂ ਨਿੱਕਾ ਜਿਹਾ ਪਿੰਚ ਕਰ ਦੇਣਾ ਅੰਦਰ ਨੂੰ ਜਿਹੜਾ ਕਿ ਕੱਪੜਾ ਆਪਣਾ ਅੰਦਰ ਫੋਲਡ ਹੋ ਜਾਵੇ ਤੇ ਇਹ ਵਾਲਾ ਕੱਪੜਾ ਬੈਕ ਸਾਈਡ ਤੱਕ ਪੂਰਾ ਆਪਾਂ ਫੋਲਡ ਕਰ ਲੈਣਾ ਕੋਈ ਇਹ ਨਹੀਂ ਗਾ ਅਗਲੇ ਪਾਸੇ ਵੀ ਫੋਲਡ ਕਰਨਾ ਇੱਥੋਂ ਤੱਕ ਆਪਾਂ ਚੰਗੇ ਤਰੀਕੇ ਨਾਲ ਫੋਲਡ ਕਰ ਲੈਣਾ ਫੋਲਡ ਕਰਦੇ ਖਿੱਚ ਪਾ ਕੇ ਚੰਗੇ ਤਰੀਕੇ ਨਾਲ ਇੱਦਾਂ ਕਰਕੇ ਖਿੱਚ ਪਾ ਕੇ ਅੱਧੀ ਅੱਖ ਅੱਧੀ ਗੱਲ ਅੱਧਾ ਕੰਨ ਢੱਕ ਦੇਣਾ ਦੇਖੋ ਜੀ ਜਿੰਨਾ ਲੜ ਚੌੜਾ ਹੋਏਗਾ ਉਨਾ ਲੜ ਵਧੀਆ ਹੋਏਗਾ ਇਸੇ ਕਰਕੇ ਲੜ ਨੂੰ ਥੋੜ੍ਹਾ ਥੋੜ੍ਹਾ ਚੌੜਾ ਕਰਦੇ ਜਾਣਾ ਅੱਧੀ ਅੱਖ ਅੱਧੀ ਗੱਲ ਅਤੇ ਅੱਧਾ ਕੰਨ ਢੱਕਦੇ ਹੋਏ ਆਪਾਂ ਪਹਿਲਾਂ ਲੜ ਲਾ ਲਿਆ ਅਤੇ ਜਿਨ੍ਹਾਂ ਦੇ ਲੜ ਵੀਰਾਂ ਦੇ ਮੋਟਾ ਹੁੰਦਾ ਚੌਥਾ ਪੰਜਵਾਂ ਲੜ ਉਸ ਵੀਰ ਨੂੰ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਵੀਰੇ ਤੁਸੀਂ ਜਿਹੜੇ ਇਹ ਲੜ ਲਾਉਂਦੇ ਹੋ ਲੜ ਲਾਉਣ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਜ਼ਰੂਰ ਦਿਆ ਕਰੋ ਕਿ ਪਹਿਲੇ ਲੜ ਦੇ ਉੱਪਰ ਹੀ ਪਿੰਚ ਕਰਨ ਦਾ ਜਿਹੜਾ ਤਰੀਕਾ ਹੈ ਉਹ ਆਪਣਾ ਸੈੱਟ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਚੌਥਾ ਜਾਂ ਪੰਜਵੇਂ ਲੜ 'ਚ ਆਪਣਾ ਪਿੰਚ ਕਰਨ ਦਾ ਤਰੀਕਾ ਸੈੱਟ ਹੋਵੇਗਾ ਦੇਖੋ ਪਹਿਲੇ ਲੜ ਦੇ ਵਿੱਚ ਆਪਾਂ ਇੱਦਾਂ ਲੜ ਲਾ ਲਿਆ ਹੁਣ ਦੂਜਾ ਲੜ ਰੱਖਣ ਤੋਂ ਪਹਿਲਾਂ
ਹੁਣ ਤੁਸੀਂ ਅਗਰ ਮਟੀਰੀਅਲ ਦੂਜੇ ਲੜ ਦਾ ਵੀ ਸੈੱਟ ਨਹੀਂ ਕਰਦੇ, ਇੱਥੋਂ ਤੁਸੀਂ ਮਟੀਰੀਅਲ ਸੈੱਟ ਨਹੀਂ ਕਰਦੇ, ਤਾਂ ਤਾਂ ਵੀ ਤੁਹਾਡਾ ਜਿਹੜਾ ਚੌਥਾ ਅਤੇ ਪੰਜਵਾਂ ਲੜ ਹੈ ਉਹ ਮੋਟਾ ਹੋਏਗਾ। ਦੇਖੋ ਇਸ ਵਾਲੇ ਲੜ ਨੂੰ ਇੱਦਾਂ ਉੱਪਰ ਵਾਲੀ ਸਾਈਡ ਤੋਂ ਦੋਨੇ ਲੜ ਆਪਾਂ ਬਰਾਬਰ ਰੱਖ ਰੱਖੇ ਨੇ, ਜਿਹੜੇ ਵੀਰ ਅੰਦਰ ਵਾਲੇ ਪਾਸੇ ਨੂੰ ਜਿਹੜਾ ਕੀ ਹੈ ਲੜ ਨੂੰ ਇਕੱਠਾ ਕਰਦੇ ਨੇ ਜਾਂ ਲੜ ਫੋਲਡ ਕਰ ਦਿੰਦੇ ਨੇ, ਉਹਨਾਂ ਵੀਰਾਂ ਵਾਸਤੇ ਵੀ ਇਹ ਚੀਜ਼ ਹੈ ਕਿ ਇਹਨੂੰ ਜਿੰਨਾ ਵੀ ਆਪਾਂ ਚੌੜਾ ਰੱਖਾਂਗੇ ਉਨਾ ਹੀ ਜ਼ਿਆਦਾ ਵਧੀਆ ਲੜ ਲੱਗੇਗਾ। ਦੇਖੋ ਉਸੇ ਲੜ ਤੋਂ ਥੋੜ੍ਹਾ ਥੋੜ੍ਹਾ ਥੱਲੇ ਆਪਾਂ ਲੜ ਨੂੰ ਲਿਆਂਦਾ, ਲੜ ਨੂੰ ਲਿਆਉਂਦੇ ਹੋਏ ਦੇਖੋ ਪਿੰਚ ਕਰਨ ਦਾ ਤਰੀਕਾ ਇੱਦਾਂ ਅਤੇ ਇੱਦਾਂ, ਜਦੋਂ ਉੱਪਰ ਪਿੰਚ ਕਰ ਲਿਆ ਸੀ ਬਣਾ ਕੇ ਉਹ ਬਣਾ ਤੀ ਉੱਪਰ ਵਾਲੇ ਪਾਸੋਂ ਫਿਰ, ਅਤੇ ਇੱਥੋਂ ਆਪਾਂ ਫਿਰ ਡਬਲ ਪਿੰਚ ਕਰ ਲਿਆ। ਡਬਲ ਪਿੰਚ ਕਰਦੇ ਹੋਏ ਤੁਸੀਂ ਦੇਖੋ ਇੱਦਾਂ ਕਰਕੇ ਲੜ ਨੂੰ ਸਾਫ਼ ਕਰਨਾ, ਅਤੇ ਪਤਲੇ ਵਾਲਾ ਪਾਸਾ ਥੱਲੇ ਹੋਣਾ ਚਾਹੀਦਾ, ਪਤਲੇ ਵਾਲਾ ਪਾਸਾ ਬਿਲਕੁਲ ਥੱਲੇ, ਅਤੇ ਇੱਦਾਂ ਹੱਥ ਦੀ ਮਦਦ ਨਾਲ ਹੀ ਆਪਾਂ ਸਫਾਈ ਕਰ ਲੈਣੀ ਜਿੰਨੀ ਹੋ ਸਕੇ। ਅਤੇ ਪਹਿਲੇ ਅਤੇ ਦੂਜੇ ਲੜ ਦੇ ਵਿੱਚ ਵਿੱਥ ਜਿਹੜੀ ਆਪਾਂ ਉਹ ਘੱਟ ਰੱਖਾਂਗੇ, ਜਿਹੜੀ ਪਹਿਲੇ ਦੂਜੇ ਲੜ ਦੇ ਵਿੱਚ ਜਿਹੜੀ ਵਿੱਥ ਹੋਏਗੀ ਉਹ ਆਪਣੀ ਇੱਕ ਜਾਂ ਡੇਢ ਉਂਗਲ ਦੀ ਹੋਏਗੀ, ਇੱਕ ਉਂਗਲ ਹੀ ਰੱਖਾਂਗੇ ਪਹਿਲੀ ਗੱਲ, ਇੱਕ ਉਂਗਲ। ਇੱਦਾਂ ਕਰਕੇ ਆਪਾਂ ਪਹਿਲੇ ਅਤੇ ਦੂਜੇ ਲੜ ਦੇ ਵਿੱਚ ਵਿੱਥ ਰੱਖ ਲਈ। ਬਾਕੀ ਲੜਾਂ ਦੇ ਵਿੱਚ ਆਪਾਂ ਡੇਢ ਡੇਢ ਉਂਗਲ ਜਾਂ ਦੋ ਦੋ ਉਂਗਲਾਂ ਵੀ ਕਰ ਸਕਦੇ ਹਾਂ, ਲੇਕਿਨ ਪਹਿਲੇ ਲੜ ਦੇ ਵਿੱਚ ਇੱਕ ਉਂਗਲ ਹੀ ਰੱਖਣੀ ਹੈ, ਅਤੇ ਉਹਨੂੰ ਆਪਾਂ ਬਾਅਦ 'ਚੋਂ ਡੇਢ ਉਂਗਲ ਦੇ ਵਿੱਚ ਚੇਂਜ ਕਰ ਲਾਂਗੇ। ਲਓ ਜੀ ਆਪਣਾ ਦੂਸਰਾ ਲੜ ਲੱਗ ਗਿਆ। ਦੂਸਰਾ ਲੜ ਲੱਗਣ ਤੋਂ ਬਾਅਦ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਚੁੰਡੀ ਜਿਹੜੀ ਹੈ ਉਹ ਵੇਖ ਲੈਣੀ ਹੈ ਕਿ ਆਪਣਾ ਲੜ ਮੋਟਾ ਤਾਂ ਨਹੀਂ। ਇਹ ਵਾਲੀ ਜਗ੍ਹਾ ਤੋਂ ਹੀ ਲੜ ਮੋਟਾ ਹੁੰਦਾ, ਅਤੇ ਇਹ ਵਾਲੀ ਜਗ੍ਹਾ ਤੋਂ ਲੜ ਮੋਟਾ ਹੋਣ ਦੇ ਨਾਲ ਨਾਲ ਹੀ ਆਪਣਾ ਅੱਗੋਂ ਤੱਕ ਲੜ ਜਿਹੜਾ ਉਹ ਮੋਟਾ ਮੋਟਾ ਜਾਂਦਾ, ਠੀਕ ਹੈ ਜੀ। ਆਹ ਦੇਖੋ ਇੱਕ ਉਂਗਲ ਦਾ ਫਾਸਲਾ ਆਪਾਂ ਛੱਡਿਆ ਪਹਿਲੇ ਲੜ ਦੇ ਵਿੱਚ, ਅਤੇ ਅਗਲੇ ਪਾਸੋਂ ਫਿਰ ਸੈੱਟ ਕਰਦੇ ਹੋਏ, ਅਤੇ ਕੱਪੜੇ ਨੂੰ ਉੱਪਰ ਵਾਲੇ ਪਾਸੋਂ ਚੰਗੇ ਤਰੀਕੇ ਨਾਲ ਸੈੱਟ ਕਰ ਲੈਣਾ, ਮੋਟੇ ਵਾਲਾ ਪਾਸਾ ਉੱਪਰ ਅਤੇ ਪਤਲੇ ਵਾਲਾ ਪਾਸਾ ਥੱਲੇ। ਅਤੇ ਆਹ ਲਓ ਜੀ ਇਹ ਆਪਾਂ ਲੜ ਨੂੰ ਥੱਲੇ ਖਿੱਚ ਲਿਆ, ਹੁਣ ਦੋਨੇ ਲੜ ਬਰਾਬਰ ਸੀਗੇ, ਅਗਲੇ ਪਾਸੋਂ ਲੜ ਨੂੰ ਥੋੜ੍ਹਾ ਥੋੜ੍ਹਾ ਥੱਲੇ ਖਿੱਚ ਲੈਣਾ, ਥੱਲੇ ਖਿੱਚਦੇ ਹੋਏ ਹੁਣ ਤੁਸੀਂ ਫੋਲਡ ਕਰਨ ਦਾ ਤਰੀਕਾ ਦੇਖੋ। ਇਸ ਵਾਲੀ ਚੀਜ਼ ਨੂੰ ਆਪਾਂ ਨਹੀਂ ਛੇੜਨਾ, ਆਹ ਵਾਲੀ ਚੀਜ਼ ਜਿਹੜਾ ਮੋਟਾ ਪਾਸਾ ਹੈ ਇਹਨੂੰ ਆਪਾਂ ਉੱਪਰ ਉੱਪਰ ਹੀ ਰੱਖਣਾ, ਪਤਲਾ ਪਾਸਾ ਥੱਲੇ, ਮੋਟੇ ਵਾਲੇ ਪਾਸਾ ਜਦੋਂ ਆਪਣਾ ਥੱਲੇ ਆਏਗਾ ਉਦੋਂ ਆਪਣੀ ਪੱਗ ਦੀ ਜਿਹੜਾ ਪਿੰਚ ਹੈ ਉਹ ਬਹੁਤ ਮੋਟਾ ਹੋ ਜਾਏਗਾ। ਲਓ ਜੀ ਦੇਖੋ ਇਹ ਪਿੰਚ ਹੋ ਗਿਆ, ਪਿੰਚ ਹੋਣ ਤੋਂ ਬਾਅਦ ਥੋੜ੍ਹਾ ਜਿਹਾ ਮਟੀਰੀਅਲ ਪਤਲਾ ਪਤਲਾ ਥੱਲੇ ਖਿੱਚ ਕੇ ਮੋਟੇ ਮੋਟੇ ਵਾਲਾ ਪਾਸੇ ਨੂੰ ਆਪਾਂ ਉੱਪਰ ਨੱਪ ਦਾਂਗੇ, ਇੱਦਾਂ ਕਰਕੇ ਪਿੰਚ ਕਰ ਦਾਂਗੇ। ਪਿੰਚ ਕਰਦੇ ਹੋਏ ਇਹਨੂੰ ਆਪਾਂ ਇੱਥੇ ਹੀ ਇਕੱਠਾ ਕਰ ਦੇਣਾ, ਠੀਕ ਹੈ। ਹੱਥ ਫੇਰਦੇ ਹੋਏ ਦੁਬਾਰਾ ਤੋਂ ਵੇਖ ਲੈਣਾ, ਅਗਰ ਤੁਹਾਡਾ ਮਟੀਰੀਅਲ ਉੱਪਰ ਵਾਲਾ ਪਾਸਾ ਦੁਬਾਰਾ ਤੋਂ ਸੈੱਟ ਨਹੀਂ ਤਾਂ ਉਹਨੂੰ ਸੈੱਟ ਕਰਨਾ, ਅਤੇ ਇੱਦਾਂ ਲੰਬਾ ਹੱਥ ਫੇਰ ਕੇ ਇਸ ਵਾਲੇ ਲੜ ਨੂੰ ਅੰਦਰ ਫੋਲਡ ਕਰ ਦਾਂਗੇ। ਅਤੇ ਦੇਖੋ ਆਪਣਾ ਲੜ ਕਿੰਨਾ ਵਧੀਆ ਅਤੇ ਕਿੰਨਾ ਸੋਹਣਾ ਲੱਗ ਰਿਹਾ, ਠੀਕ ਹੈ। ਇਸ ਤਰੀਕੇ ਨਾਲ ਅਗਰ ਤੁਸੀਂ ਲੜ ਲਾਉਂਦੇ ਹੋ ਤਾਂ ਤੁਹਾਡਾ ਲੜ ਜਿਹੜਾ ਉਹ ਮੋਟਾ ਨਹੀਂ ਹੋਏਗਾ। ਲਓ ਜੀ ਹੁਣ ਤੁਸੀਂ ਇੱਕ ਚੀਜ਼ ਦਾ ਧਿਆਨ ਦੇਣਾ ਕਿ ਆਪਾਂ ਪਹਿਲੇ ਅਤੇ ਦੂਜੇ ਲੜ ਦੇ ਵਿੱਚ, ਪਹਿਲੇ ਲੜ 'ਚ ਇੱਕ ਉਂਗਲ, ਦੂਜੇ ਲੜ ਦੇ ਵਿੱਚ ਦੋ ਉਂਗਲਾਂ ਜਾਂ ਡੇਢ ਉਂਗਲ ਜਿੰਨੀ ਆਪਾਂ ਵਿੱਥ ਰੱਖੀ ਹੈ, ਇਸ ਚੀਜ਼ ਨੂੰ ਜ਼ਰੂਰ ਧਿਆਨ ਦੇਣਾ ਕਿ ਆਪਾਂ ਵਿੱਥ ਵਧਾਵਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਲੜ ਦੀ ਜਿਹੜੀ ਚੌੜਾਈ ਹੈ ਉਹ ਵੱਡੀ ਕਰਨੀ ਪਈ। ਕਈ ਵੀਰ ਇੱਥੋਂ ਤੱਕ ਪੱਗ ਲੈ ਜਾਂਦੇ ਨੇ ਫੁੱਲ ਪਟਿਆਲਾ ਸ਼ਾਹੀ ਬਣਾਉਣ ਦੇ ਚੱਕਰਾਂ 'ਚ, ਅਤੇ ਉਹ ਪੱਗ ਜਿਹੜੀ ਕੀ ਹੈ ਇੱਥੋਂ ਇਸ ਵਾਲੀ ਜਗ੍ਹਾ ਤੋਂ ਬਹਿ ਜਾਂਦੀ ਹੈ, ਪਿੱਛੇ ਨੂੰ ਚਲੀ ਜਾਂਦੀ ਹੈ, ਅਤੇ ਉਹਦੇ ਨਾਲ ਕੀ ਹੈ ਪੱਗ ਦੀ ਜਿਹੜੀ ਸ਼ੇਪ ਹੈ ਉਹ ਸਹੀ ਨਹੀਂ ਆਉਂਦੀ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਣਾ ਕਿ ਇੱਥੇ ਇੱਕ ਉਂਗਲ, ਡੇਢ ਜਾਂ ਦੋ ਉਂਗਲ, ਫਿਰ ਡੇਢ ਦੋ ਉਂਗਲ ਜਾਂ ਢਾਈ ਉਂਗਲ, ਫਿਰ ਇਸ ਤੋਂ ਬਾਅਦ ਆਪਾਂ ਜਿਹੜੇ ਜਿਹੜੇ ਵੀਰ ਜ਼ਿਆਦਾ ਲੜ ਚੌੜੇ ਕਰਨਗੇ ਉਹਨਾਂ ਨੂੰ ਇਹ ਵਾਲਾ ਮਟੀਰੀਅਲ ਵਧਾਉਣਾ ਪਵੇਗਾ। ਲਓ ਜੀ ਫਿਰ ਸਾਰੇ ਮਟੀਰੀਅਲ ਨੂੰ ਸੈੱਟ ਕਰਨਾ, ਹਰ ਲੜ ਦੇ ਵਿੱਚ ਮਟੀਰੀਅਲ ਜਿਹੜਾ ਹੈਗਾ ਕੱਪੜਾ ਜਿਹੜਾ ਹੈਗਾ ਉਹ ਸਾਰਾ ਸੈੱਟ ਕਰਨਾ। ਲਓ ਜੀ ਇੱਦਾਂ ਕਰਕੇ ਦੇਖੋ ਫਿਰ ਆਪਾਂ ਸਾਰਾ ਉੱਪਰ ਉੱਪਰ ਨੂੰ ਕਰ ਲਿਆ, ਜਿਹੜਾ ਕੱਪੜਾ ਹੈਗਾ ਸੀ ਮਟੀਰੀਅਲ ਆਪਣਾ ਹੈਗਾ ਸੀ, ਅਤੇ ਇਸ ਵਾਲੀ ਜਗ੍ਹਾ ਤੋਂ
ਏਦਾਂ ਕਰਕੇ। ਤੇ ਪਿਛਲੀ ਵਾਲੀ ਜਿਹੜੀ ਪੱਗ ਦੀ ਪੂਣੀ ਦੀ ਵੀਡੀਓ ਆਪਾਂ ਪਾਈ ਸੀ, ਪੱਗ ਦੀ ਪੂਣੀ ਦੀ ਜਿਹੜੀ ਵੀਡੀਓ ਪਾਈ ਸੀ, ਸਾਰੇ ਵੀਰਾਂ ਨੇ ਬਹੁਤ ਪਿਆਰ ਦਿੱਤਾ। ਇੱਦਾਂ ਹੀ ਪਿਆਰ ਦਿੰਦੇ ਰਿਹਾ ਕਰੋ, ਹਰ ਵੀਡੀਓ 'ਤੇ ਪਿਆਰ ਦਿਓਗੇ ਤਾਂ ਮੈਂ ਨਵੀਆਂ ਨਵੀਆਂ ਵੀਡੀਓ ਆਪਦੇ ਵੱਲੋਂ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਪਰ ਜਿਹੜੇ ਵੀਰ ਇਹਨਾਂ ਨੇ ਇੱਕ ਬੈਡ ਕਮੈਂਟ ਕੀਤਾ ਕਿ ਵੀਰੇ ਮੈਨੂੰ ਜਿੰਨੇ ਚਿਰ 'ਚ ਤੁਸੀਂ ਪੱਗ ਦੀ ਪੂਣੀ ਕੀਤੀ ਹੈ ਇੰਨੇ ਚਿਰ 'ਚ ਤਾਂ ਮੈਂ ਪੱਗ ਬੰਨਣਾ। ਵੀਰੇ ਬਹੁਤ ਬਹੁਤ ਤੇਰਾ ਧੰਨਵਾਦ ਕਿ ਤੁਸੀਂ ਪੱਗ ਬੰਨ ਲੈਂਦੇ ਹੋ, ਅਤੇ ਮੈਂ ਚਾਹੁੰਦਾ ਕਿ ਮਾਲਕ ਦੀ ਦਇਆ ਨਾਲ ਤੁਸੀਂ ਅਗਰ ਇੰਨੀ ਵਧੀਆ ਪੱਗ ਬੰਨ ਲੈਂਦੇ ਹੋ ਜਾਂ ਇੰਨੀ ਵਧੀਆ ਪੂਣੀ ਕਰ ਲੈਂਦੇ ਹੋ ਤਾਂ ਤੁਸੀਂ 10 ਵੀਰਾਂ ਨੂੰ ਹੋਰ ਸਿਖਾਓ, ਕਿਉਂਕਿ ਪੱਗ ਜਿਹੜੀ ਹੈ ਉਹ ਹਰ ਘਰ ਦੇ ਵਿੱਚ ਬਹੁਤ ਜ਼ਰੂਰੀ ਹੈ। ਜਿਹੜੇ ਜਿਹੜੇ ਵੀਰ ਪਟਕਿਆ ਬੰਦੇ ਨੇ ਜਿਹਨਾਂ ਨੂੰ ਪੱਗ ਬੰਨਣੀ ਨਹੀਂ ਆਉਂਦੀ, ਉਹਨਾਂ ਕੋਲ ਪੁੱਛੋ ਕਿ ਉਹ ਜਿਹੜੀ ਚੀਜ਼ ਹੈ, ਜਿਹੜੀ ਚੀਜ਼ ਮੈਂ ਦੱਸੀ ਸੀ, ਉਹ ਕਿਉਂ ਜ਼ਰੂਰੀ ਹੈ। ਠੀਕ ਹੈ, ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਉਹ 1 ਲੱਖ ਤੋਂ ਪਲੱਸ ਬੰਦੇ ਨੇ ਵੇਖੀ ਹੈ, ਅਤੇ ਸਾਰੇ ਵੀਰਾਂ ਨੇ ਬਹੁਤ ਸਾਰਾ ਪਿਆਰ ਦਿੱਤਾ। ਇੱਦਾਂ ਹੀ ਪਿਆਰ ਦਿਓ ਕਰੋ, ਅਤੇ ਜਿਹੜੇ ਵੀਰ ਬੈਡ ਕਮੈਂਟ ਕਰਦੇ ਨੇ ਕਿਰਪਾ ਕਰਕੇ ਇੱਦਾਂ ਦੀ ਕੋਸ਼ਿਸ਼ ਨਾ ਕਰੋ ਕਿ ਬੰਦਾ ਇਸ ਜਗ੍ਹਾ ਤੋਂ ਉਲਝ ਕੇ ਕਿਸੇ ਹੋਰ ਪਾਸੇ ਲੱਗ ਜਾਵੇ। ਠੀਕ ਹੈ, ਪਹਿਲਾਂ ਹੀ ਸਰਦਾਰ ਵੀਰ ਜਿਹੜੇ ਨੇ ਉਹ ਬਹੁਤ ਗਲਤ ਕੰਮਾਂ 'ਤੇ ਜਾਂ ਜਿਹੜੀ ਚੀਜ਼ਾਂ ਨੇ ਉਹ ਪ੍ਰਮੋਟ ਨਹੀਂ ਕਰਦੇ, ਉਹਨਾਂ ਨੂੰ ਪਤਾ ਕਿ ਸਾਨੂੰ ਬੈਡ ਕਮੈਂਟ ਹੀ ਮਿਲਣੇ। ਇਸੇ ਕਰਕੇ ਜਿੰਨਾ ਹੋ ਸਕਦਾ ਤੁਸੀਂ ਪਿਆਰ ਦਿਆ ਕਰੋ, ਜਿੰਨਾ ਹੋ ਸਕਦਾ ਪੋਜ਼ਿਟਿਵਿਟੀ ਫੈਲਾਓਗੇ ਤਾਂ ਤੁਹਾਨੂੰ ਵੀ ਅੱਗੋਂ ਪੋਜ਼ਿਟਿਵਿਟੀ ਮਿਲੇਗੀ। ਠੀਕ ਹੈ ਜੀ, ਅਗਰ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਬਹੁਤ ਬਹੁਤ ਧੰਨਵਾਦ, ਅਗਰ ਤੁਹਾਨੂੰ ਮਾੜੀ ਲੱਗੀ ਹੋਵੇ ਤਾਂ ਮੈਨੂੰ ਮਾਫ਼ ਕਰਨਾ, ਛੋਟਾ ਭਰਾ ਸਮਝ ਕੇ। ਠੀਕ ਹੈ ਵੀਰ ਜੀ, ਅਤੇ ਲਓ ਜੀ ਅਗਲੇ ਪਾਸੋਂ ਹੁਣ ਫਿਰ ਲੜ ਸੈੱਟ ਕਰਦੇ ਹੋ ਤੁਸੀਂ, ਦੇਖੋ ਇਸ ਵਾਲੀ ਜਗ੍ਹਾ ਤੋਂ ਫਿਰ ਇੱਦਾਂ ਲੜ। ਹੁਣ ਤੁਸੀਂ ਦੇਖੋ ਮਟੀਰੀਅਲ ਨੂੰ ਆਪਾਂ ਥੱਲੇ ਖਿੱਚਿਆ ਅਤੇ ਲੜ ਆਪਣਾ ਕਿੰਨਾ ਚੌੜਾ ਹੈਗਾ, ਲੜ ਚੌੜੇ ਨੂੰ ਉੱਪਰ ਉੱਪਰੋਂ ਆਪਾਂ ਕੀ ਕਰਨਾ, ਫਿਰ ਨੱਪ ਲਿਆ। ਨੱਪਣ ਤੋਂ ਬਾਅਦ ਇਸ ਵਾਲੇ ਮਟੀਰੀਅਲ ਨੂੰ ਇੱਥੋਂ ਤੱਕ ਆਪਾਂ ਥੱਲੇ ਖਿੱਚ ਲਿਆ। ਤੁਸੀਂ ਧਿਆਨ ਨਾਲ ਦੇਖੋ, ਇਸ ਵਾਲੇ ਮਟੀਰੀਅਲ ਨੂੰ ਥੱਲੇ ਖਿੱਚ ਲਿਆ ਅਤੇ ਉੱਪਰ ਵਾਲੀ ਸਾਈਡ ਤੋਂ ਪਿੰਚ ਕਰ ਲਿਆ 1, 2, 3, ਅਤੇ ਇਸ ਵਾਲੀ ਜਗ੍ਹਾ ਤੋਂ ਫਿਰ ਆਪਾਂ ਇਹਨੂੰ ਅੰਦਰ। ਇਹ ਲੜ ਦੇ ਵਿੱਚ ਬਹੁਤ ਸਾਰੇ ਵੀਰਾਂ ਦਾ ਕੀ ਹੁੰਦਾ, ਇਹ ਕਬਲੇਬਾਜ਼ੀ ਹੋ ਜਾਂਦੀ ਹੈ ਕਿ ਇਹ ਲੜ ਜਿਹੜਾ ਸਹੀ ਤਰੀਕੇ ਨਾਲ ਨਹੀਂ ਲੱਗਦਾ। ਦੇਖੋ ਜੀ, ਇਸ ਲੜ ਨੂੰ ਇੱਥੋਂ ਲਾਉਣ ਤੋਂ ਬਾਅਦ ਇਸ ਵਾਲੇ ਲੜ ਨੂੰ ਇੱਥੋਂ ਫੋਲਡ ਕਰ ਦੇਣਾ। ਠੀਕ ਹੈ, ਪਤਲੇ ਪਤਲੇ ਵਾਲਾ ਪਾਸਾ ਥੱਲੇ, ਮੋਟੇ ਮੋਟੇ ਵਾਲਾ ਪਾਸਾ ਇੱਦਾਂ ਕਰਕੇ ਉੱਤੇ, ਅਤੇ ਲੜ ਦੀ ਚੌੜਾਈ ਬਣਾ ਦੇਣੀ ਹੈ। ਲੜ ਦੀ ਚੌੜਾਈ ਬਣਾਉਂਦੇ ਹੋਏ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਇੱਦਾਂ ਲੜ ਲਾਉਣਾ। ਅਗਰ ਤੁਸੀਂ ਇੱਦਾਂ ਲੜ ਲਾਉਂਦੇ ਹੋ ਤਾਂ ਤੁਹਾਡਾ ਲੜ ਜਿਹੜਾ ਉਹ ਮੋਟਾ ਨਹੀਂ ਹੋਏਗਾ, ਤੁਹਾਡਾ ਲੜ ਜਿਹੜਾ ਉਹ ਬਿਲਕੁਲ ਵਧੀਆ ਰਹੇਗਾ। ਦੇਖੋ ਹੁਣ ਆਪਾਂ ਕੀ ਕਰਦੇ ਹਾਂ, ਹੁਣ ਆਪਾਂ ਬਾਜ਼ ਦੀ ਮਦਦ ਨਾਲ ਪਹਿਲਾਂ ਲੜ ਸਾਰੇ ਲੜ ਜਿਹੜੇ ਨੇ ਉਹ ਸਾਰੇ ਸਾਫ਼ ਕਰ ਲੈਂਦੇ ਹਾਂ। ਲਓ ਜੀ ਦੇਖੋ ਹੁਣ ਬਾਜ਼ ਦੀ ਮਦਦ ਨਾਲ ਇੱਦਾਂ ਕਰਕੇ ਬਹੁਤ ਹੀ ਪੋਲੇ ਜਿਹੇ ਤਰੀਕੇ ਨਾਲ ਆਪਾਂ ਸਾਰੇ ਲੜ ਨੂੰ ਇੱਦਾਂ ਕਰਕੇ ਸਾਫ਼ ਕਰ ਲਿਆ। ਹੁਣ ਤੁਸੀਂ ਦੇਖੋ ਕਿੰਨਾ ਵਧੀਆ ਲੜ ਜਿਹੜਾ ਆਪਣਾ ਉਹ ਸਾਫ਼ ਹੋ ਚੁੱਕਿਆ ਬੈਕ ਸਾਈਡ ਤੱਕ, ਅਤੇ ਇਸ ਵਾਲੇ ਲੜ ਨੂੰ ਵੀ ਇੱਦਾਂ ਕਰਕੇ ਪੋਲਾ ਪੋਲਾ ਮਾਰਦੇ ਹੋਏ ਆਪਾਂ ਲੜ ਨੂੰ ਸਾਫ਼ ਕਰ ਲੈਂਦੇ ਹਾਂ, ਅਤੇ ਇਸ ਵਾਲੇ ਲੜ ਨੂੰ ਵੀ ਆਪਾਂ ਸਾਫ਼ ਕਰ ਲਿਆ। ਆਪਣੇ ਜਿਹੜੇ ਚਾਰੇ ਲੜ ਨੇ ਉਹ ਬਿਲਕੁਲ ਸਾਫ਼ ਸੁਥਰੇ ਹੋ ਚੁੱਕੇ ਨੇ, ਅਤੇ ਮੇਨ ਵੀਰਾਂ ਨੂੰ ਜਿਹੜੀ ਦਿੱਕਤ ਆਉਂਦੀ ਉਹ ਆਉਂਦੀ ਹੈ 3, 4, 5 ਲੜ। 6 ਲੜ ਵੀ ਪਤਲਾ ਹੋ ਜਾਂਦਾ, ਅਤੇ 3, 4, 5 ਲੜ ਉੱਪਰ ਵਾਲੇ ਮਟੀਰੀਅਲ ਨੂੰ ਆਪਾਂ ਥੱਲੇ ਥੋੜ੍ਹਾ ਕਰ ਦੇਣਾ ਕਿ ਆਪਣੀ ਪੱਗ ਇੱਥੋਂ ਜਿਹੜੀ ਘੁੰਮਦੀ ਹੋ ਜਾਵੇ, ਇੱਦਾਂ ਕਰਕੇ ਗੁਲਾਈ 'ਚ ਹੋ ਜਾਵੇ ਪਟਿਆਲੇ ਸਹੀ ਪੱਗ ਤਰ੍ਹਾਂ। ਅਤੇ ਲਓ ਜੀ ਇਹ ਆਪਣੀ 3, 4 ਲੜ ਆਪਣਾ ਲੱਗ ਚੁੱਕਿਆ। ਹੁਣ ਆਪਾਂ ਲਾਵਾਂਗੇ 5 ਲੜ। 5 ਲੜ ਲਾਉਣ ਤੋਂ ਪਹਿਲਾਂ ਤੁਸੀਂ ਇਸ ਚੀਜ਼ ਦਾ ਧਿਆਨ ਦੇਣਾ ਕਿ ਉੱਪਰ ਵਾਲੇ ਪਾਸੋਂ ਜਿਹੜਾ ਮਟੀਰੀਅਲ ਆਪਣਾ ਉਹ ਪਿੱਛੇ ਨੂੰ ਤਾਂ ਨਹੀਂ ਜਾ ਰਿਹਾ, ਤੁਸੀਂ ਇਹ ਦੇਖੋ ਆਪਣੀ ਬਰਾਬਰ ਹੈ, ਪਰ ਫਿਰ ਵੀ ਤੁਹਾਡਾ ਪਿੱਛੇ ਨੂੰ ਜਾ ਰਿਹਾ, ਤਾਂ ਇੱਦਾਂ ਕਰਕੇ ਉੱਪਰ ਉੱਪਰੋਂ ਪਿੰਚ ਕਰ ਸਕਦੇ ਹੋ ਇੱਦਾਂ, ਕਿਉਂਕਿ ਉੱਪਰ ਵਾਲੀ ਸਾਈਡ ਤੋਂ ਅਗਰ ਪਿੰਚ ਨਹੀਂ ਕਰਦੇ ਤਾਂ ਆਪਣੀ ਪੱਗ ਜਿਹੜੀ ਹੈ ਉਹ ਪਿੱਛੇ ਨੂੰ ਜਾਏਗੀ। ਪਿੱਛੇ ਨੂੰ ਜਾਣ ਨਾਲ ਕੀ ਹੈ, ਪੱਗ ਦੀ ਜਿਹੜੀ ਸ਼ੇਪ ਹੈ ਉਹ ਸਹੀ ਨਹੀਂ ਵਿਖਦੀ। ਲੜ ਨੂੰ ਕਸ ਪਾ ਕੇ ਇੱਧਰ ਲਿਆਂਦਾ,
ਇੱਧਰ ਲਿਆਉਂਦੇ ਹੋ। ਹੁਣ ਤੁਸੀਂ ਫਿਰ ਦੇਖੋ ਆਪਾਂ ਕੱਪੜੇ ਨੂੰ ਸਾਰੇ ਨੂੰ ਫਿਰ ਸੈੱਟ ਕਰ ਲਿਆ, ਠੀਕ ਹੈ ਜੀ। ਇਸ ਵਾਲੇ ਕੱਪੜੇ ਨੂੰ ਦੋਨਾਂ ਨੂੰ ਬਰਾਬਰ ਕਰ ਲਿਆ, ਮੋਟੇ ਵਾਲਾ ਜਿਹੜਾ ਕੱਪੜਾ ਸੀ ਸਾਰਾ ਉਹ ਉੱਪਰ ਕਰ ਲਿਆ। ਅਤੇ ਉਮੀਦ ਕਰਦੇ ਹਾਂ ਸਾਰੇ ਵੀਰਾਂ ਨੂੰ ਇਹ ਵੀਡੀਓ ਪਸੰਦ ਆ ਰਹੀ ਹੋਏਗੀ, ਅਤੇ ਜਿਹੜੇ ਜਿਹੜੇ ਵੀਰ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਉਹ ਵੀਰ ਲਾਈਕ ਜ਼ਰੂਰ ਕਰਦੇ ਕਰੋ। ਅਤੇ ਲਓ ਜੀ ਉੱਪਰ ਵਾਲੀ ਸਾਈਡ ਤੋਂ ਫਿਰ ਆਪਾਂ ਦੇਖੋ ਸਾਰਾ ਮਟੀਰੀਅਲ ਇੱਦਾਂ ਹੱਥ ਦੀ ਮਦਦ ਨਾਲ ਆਇਆ, ਬਿਲਕੁਲ ਬੈਕ ਸਾਈਡ ਤੱਕ ਸੈੱਟ ਕਰ ਰਹੇ ਹਾਂ। ਇਸ ਵਾਲੇ ਕੱਪੜੇ ਨੂੰ ਥੱਲੇ ਖਿੱਚ ਲਿਆ, ਖਿੱਚਦੇ ਹੋਏ ਤੁਸੀਂ ਦੇਖੋ ਜਿਹੜਾ ਅੰਦਰ ਵਾਲਾ ਪਾਸਾ ਸੀ ਉਹਨੂੰ ਆਪਾਂ ਥੋੜ੍ਹਾ ਜਿਹਾ ਉੱਪਰ ਚੱਕਿਆ, ਤਾਂ ਜੋ ਜਿਹੜਾ ਆਪਣਾ ਅੱਖ ਦੇ ਲੜ ਹੈ ਜਿਹੜਾ ਉਹ ਮੋਟਾ ਮੋਟਾ ਨਾ ਆਵੇ। ਅਤੇ ਦੇਖੋ ਉਸੇ ਲੜ ਤੋਂ ਥੋੜ੍ਹਾ ਜਿਹਾ ਥੱਲੇ ਇੱਕ ਇੱਕ ਡੇਢ ਡੇਢ ਉਂਗਲ ਦਾ ਫਾਸਲਾ ਦਿੰਦੇ ਹੋਏ ਆਪਾਂ ਥੱਲੇ ਲੜ ਲਿਆ ਰਿਹਾ। ਅਤੇ ਹੁਣ ਤੁਸੀਂ ਦੇਖੋ ਪਿੰਚ ਕਰਨ ਦਾ ਤਰੀਕਾ, ਨੱਕ ਦੀ ਸਿਹਤ ਤੋਂ ਥੋੜ੍ਹਾ ਜਿਹਾ ਅੱਗੇ ਆਪਾਂ ਅੰਗੂਠੇ ਨੂੰ ਰੱਖਿਆ, ਰੱਖਦੇ ਹੋਏ ਨੱਕ ਦੀ ਸਿਹਤ 'ਤੇ ਲਿਆ ਕੇ ਆਪਾਂ ਇਸ ਜਗ੍ਹਾ 'ਤੇ ਪਿੰਚ ਕਰ ਲਿਆ। ਪਿੰਚ ਕਰਨ ਤੋਂ ਬਾਅਦ ਉੱਪਰ ਵਾਲੀ ਸਾਈਡ ਤੋਂ ਇੱਦਾਂ ਕਰਕੇ ਮੋਟੇ ਮੋਟੇ ਵਾਲਾ ਪਾਸਾ ਜਿਹੜਾ ਉੱਪਰ ਕਰ ਲਿਆ, ਅਤੇ ਪਤਲਾ ਪਤਲਾ ਪਾਸਾ ਜਿਹੜਾ ਪਤਲਾ ਲੜ ਆਪਾਂ ਥੱਲੇ ਖਿੱਚ ਲੈਣਾ। ਇੱਦਾਂ ਕਰਕੇ ਪਤਲਾ ਲੜ ਥੱਲੇ ਖਿੱਚ ਲਿਆ। ਖਿੱਚਣ ਤੋਂ ਬਾਅਦ ਤੁਸੀਂ ਇੱਕ ਚੀਜ਼ ਦਾ ਧਿਆਨ ਦੇਣਾ ਕਿ ਇਹ ਵਾਲਾ ਲੜ ਜਿਹੜਾ ਅੱਗੋਂ ਤੱਕ ਆਪਣਾ ਜਿਹੜਾ ਉਹ ਖਿੱਚਿਆ ਹੋਣਾ ਚਾਹੀਦਾ, ਬਰਾਬਰ ਜਿਹਾ ਹੋਣਾ ਚਾਹੀਦਾ, ਇਹ ਨਹੀਂ ਹੈਗਾ ਕਿ ਇੱਥੋਂ ਇੱਥੋਂ ਇਕੱਲਾ ਖਿੱਚ ਲਿਆ। ਹੁਣ ਇਹ ਪਤਲਾ ਜਿਹਾ ਜਿਹੜਾ ਪਾਸਾ ਆਪਾਂ ਇਹਨੂੰ ਫਿਰ ਅੰਦਰ ਫੋਲਡ ਕਰਤਾ, ਅੰਦਰ ਫੋਲਡ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਲੜ ਦੀ ਸਫਾਈ ਬਣਾ ਲਈ। ਸਫਾਈ ਬਣਾਉਣ ਤੋਂ ਬਾਅਦ ਇਸ ਵਾਲੀ ਜਗ੍ਹਾ ਤੋਂ ਲੜ ਨੂੰ ਅੰਦਰ ਤੁਸੀਂ ਹੱਥ ਦੀ ਮਦਦ ਨਾਲ ਫੋਲਡ ਕਰਕੇ ਇੱਦਾਂ ਅੰਗੂਠੇ ਦੀ ਮਦਦ ਨਾਲ ਬਰਾਬਰ ਜਿਹਾ ਲੜ ਲੈਣਾ, ਠੀਕ ਹੈ। ਇੱਦਾਂ ਬਰਾਬਰ ਕਿ ਆਪਣੇ ਜਿਹੜਾ ਲੜ ਦੇ ਵਿੱਚ ਵੱਟ ਨਾ ਪਵੇ, ਥੋੜ੍ਹਾ ਜਿਹਾ ਉੱਪਰ ਵਾਲੀ ਸਾਈਡ ਤੋਂ ਪਿੰਚ ਕਰਦੇ ਹੋਏ ਬੈਕ ਸਾਈਡ ਨੂੰ ਲੜ ਨੂੰ ਲਾਉਣਾ, ਪਿੱਛੇ ਨੂੰ ਕਰਕੇ ਲੜ ਲਾਉਣਾ ਇੱਦਾਂ ਕਰ। ਬਾਕੀ ਆਪਾਂ ਬਾਅਦ ਚੋਂ ਬਾਜ਼ ਦੀ ਮਦਦ ਨਾਲ ਵੀ ਆਪਾਂ ਲੜ ਦੀ ਸਫਾਈ ਕਰ ਸਕਦੇ ਹਾਂ। ਅਤੇ ਲਓ ਜੀ ਤੁਸੀਂ ਦੇਖੋ ਇਹ ਆਪਣਾ ਪੰਜਵਾਂ ਲੜ ਲੱਗ ਗਿਆ, ਅਤੇ ਪੰਜਵੇਂ ਲੜ ਦੇ ਵਿੱਚ ਵੀ ਮੋਟਾਪਨ ਨਹੀਂ ਹੈਗਾ ਕਿਤੇ ਵੀ। ਅਤੇ ਬਾਜ਼ ਦੀ ਮਦਦ ਨਾਲ ਦੇਖੋ ਆਪਾਂ ਇਸ ਲੜ ਨੂੰ ਫਿਰ ਥੋੜ੍ਹਾ ਜਿਹਾ ਸਾਫ਼ ਕਰ ਲੈਂਦਾ। ਅਤੇ ਲਓ ਜੀ ਪੱਗ ਦੀ ਸ਼ੇਪ ਤੁਸੀਂ ਸਾਰੇ ਵੀਰ ਦੇਖ ਸਕਦੇ ਹੋ ਕਿੰਨੀ ਵਧੀਆ ਅਤੇ ਕਿੰਨੀ ਸੋਹਣੀ ਆ ਰਹੀ ਹੈ। ਅਤੇ ਅਗਲੇ ਪਾਸੋਂ ਥੋੜ੍ਹਾ ਨੱਪ ਦਿੰਦੇ ਹਾਂ ਤਾਂ ਜੋ ਆਪਣੀ। ਅਤੇ ਹੁਣ ਆਪਾਂ ਇਸ ਵਾਲੇ ਲੜ ਨੂੰ ਲਾਵਾਂਗੇ। ਇਸ ਵਾਲੇ ਲੜ ਨੂੰ ਲਾਉਣ ਦਾ ਤਰੀਕਾ ਸਾਰੇ ਵੀਰਾਂ ਨੂੰ ਸ਼ਾਇਦ ਪਤਾ ਹੀ ਹੈ, ਮੈਂ ਹਰ ਵੀਡੀਓ 'ਚ ਦੱਸਦਾ ਕਿ ਇਸ ਵਾਲੇ ਲੜ ਦਾ ਜਿਹੜਾ ਮਟੀਰੀਅਲ ਹੈ ਉਹ ਆਪਾਂ ਬਾਹਰ ਨਹੀਂ ਕੱਢਦੇ, ਆਪਾਂ ਅੰਦਰ ਹੀ ਫੋਲਡ ਕਰਦੇ ਹਾਂ ਤਾਂ ਜੋ ਜਿਹੜਾ ਆਪਣਾ ਇਸ ਵਾਲੀ ਜਗ੍ਹਾ ਤੋਂ ਲੜ ਹੈ ਇਹ ਥੋੜ੍ਹਾ ਜਿਹਾ ਬਾਹਰ ਆ ਜਾਵੇ। ਲਓ ਜੀ ਅੰਦਰ ਵਾਲੀ ਸਾਈਡ ਤੋਂ ਮਟੀਰੀਅਲ ਨੂੰ ਉੱਪਰ ਵਾਲੇ ਪਾਸੇ ਸੈੱਟ ਕਰ ਲਿਆ, ਅਤੇ ਇਸ ਲੜ ਨੂੰ ਥੋੜ੍ਹਾ ਜਿਹਾ ਅੰਦਰ ਆਪਾਂ ਫੋਲਡ ਕਰ ਲਿਆ। ਇੱਦਾਂ ਕਰਕੇ ਹੱਥ ਫੇਰ ਕੇ ਸਾਰਾ ਲੜ ਬਰਾਬਰ ਕਰ ਲਿਆ। ਬਰਾਬਰ ਕਰਨ ਤੋਂ ਬਾਅਦ ਤੁਸੀਂ ਦੇਖੋ ਉਸੇ ਲੜ ਤੋਂ ਥੋੜ੍ਹਾ ਜਿਹਾ ਥੱਲੇ ਅਤੇ ਪਤਲੇ ਵਾਲਾ ਪਾਸਾ ਆਪਾਂ ਥੱਲੇ ਖਿੱਚ ਲੈਣਾ, ਅਤੇ ਫਿਰ ਮੋਟਾ ਜਿਹਾ ਮਟੀਰੀਅਲ ਅਗਰ ਤੁਹਾਡਾ ਹੁੰਦਾ ਤਾਂ ਉਹਨੂੰ ਆਪਾਂ ਉੱਪਰ ਚੱਕ ਦਾਂਗੇ, ਵਿਚਕਾਰ ਹੀ ਇਕੱਠਾ ਕਰ ਦੇਣਾ। ਜ਼ਿਆਦਾ ਲੜ ਨੂੰ ਚੌੜਾ ਨਹੀਂ ਰੱਖਣਾ, ਅੱਖ ਤੱਕ ਚੌੜਾ ਰੱਖ ਕੇ ਕਈ ਵੀਰ ਅੱਗੇ ਤੱਕ ਲੜ ਨੂੰ ਲੈ ਕੇ ਆਉਂਦੇ ਨੇ, ਉੱਦਾਂ ਨਹੀਂ ਰੱਖਣਾ, ਠੀਕ ਹੈ ਜੀ। ਅਤੇ ਲਓ ਜੀ ਇਸੇ ਲੜ ਨੂੰ ਇੱਥੋਂ ਸਾਫ਼ ਕਰਦੇ ਹੋਏ ਜੀ ਦੇਖੋ ਉੱਪਰ ਵਾਲੀ ਸਾਈਡ ਤੋਂ ਪਿੰਚ ਕਰਨਾ ਨਹੀਂ ਭੁੱਲਣਾ, ਉੱਪਰ ਵਾਲੀ ਸਾਈਡ ਤੋਂ ਜਿਹੜਾ ਪਿੰਚ ਕਰ ਲੈਣਾ ਪਹਿਲਾਂ, ਪਿੰਚ ਕਰਕੇ ਇਸ ਲੜ ਨੂੰ ਬਰਾਬਰ ਸਾਫ਼ ਸੁਥਰਾ ਕਰ ਲਿਆ। ਅਤੇ ਹੁਣ ਪਿੰਚ ਕਰਨ ਦਾ ਤੁਸੀਂ ਤਰੀਕਾ ਵੇਖੋਗੇ, ਇੱਦਾਂ ਕਰਕੇ ਕੱਪੜੇ ਨੂੰ ਇਕੱਠਾ ਕਰ ਲਿਆ, ਕੱਪੜਾ ਕਰਕੇ ਇਕੱਠਾ ਕਰਕੇ ਅੰਦਰ ਪੋਲੇ ਦੇ ਤਰੀਕੇ ਨਾਲ ਆਪਾਂ ਅੰਦਰ ਖਿੱਚ ਲਿਆ, ਅਤੇ ਇਸ ਲੜ ਨੂੰ ਥੋੜ੍ਹਾ ਜਿਹਾ ਥੱਲੇ ਖਿੱਚਦੇ ਹੋਏ ਬੈਕ ਸਾਈਡ ਤੱਕ ਇੱਥੋਂ ਤੱਕ ਆਪਾਂ ਸਫਾਈ ਕਰ ਲਾਂਗੇ ਕਿਉਂਕਿ ਇੱਥੋਂ ਤੱਕ ਆਪਣਾ ਲੜ ਵਿਖਣਾ ਹੁੰਦਾ। ਅਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਪਿੰਚ ਕਰਤਾ, ਪਿੰਚ ਕਰਨ ਤੋਂ ਬਾਅਦ ਇੱਕ ਵਾਰੀ ਹੋਰ ਆਪਾਂ ਛੋਟਾ ਜਿਹਾ ਪਿੰਚ ਹੋਰ ਕਰ ਦਾਂਗੇ, ਜਿਹਦੇ ਨਾਲ ਆਪਣੀ ਲੜ ਦੀ ਥੋੜ੍ਹੀ ਜਿਹੀ ਅਗਲੇ ਪਾਸੋਂ ਮੋਟਾਈ 'ਚ ਬਣ ਜਾਏਗੀ, ਅਤੇ ਲੜ ਸਾਫ਼ ਵਧੀਆ ਹੋ ਜਾਏਗਾ। ਉੱਪਰ ਵਧੀਆ ਤਰੀਕੇ ਨਾਲ ਲੜ ਨੂੰ ਸਾਫ਼ ਸੁਥਰਾ ਕਰਕੇ ਬੈਕ ਸਾਈਡ ਤੱਕ ਲਾ ਦੇਣਾ।
ਏਦਾਂ ਕਰਕੇ ਪਿੱਛੇ ਨੂੰ ਕਰਕੇ ਲਾ ਦੇਣਾ। ਮੈਂ ਹਰ ਲੜ ਦੇ ਵਿੱਚ ਕਹਿੰਦਾ ਕਿ ਹਰ ਲੜ ਦੇ ਵਿੱਚ ਉੱਪਰ ਵਾਲੀ ਸਾਈਡ ਤੋਂ ਜਿਹੜਾ ਪਿੰਚ ਕਰਨਾ ਬਹੁਤ ਜ਼ਰੂਰੀ ਹੁੰਦਾ, ਅਤੇ ਜਿਹੜਾ ਤੁਸੀਂ ਪਿੰਚ ਕੀਤਾ ਇਹਨੂੰ ਥੋੜ੍ਹਾ ਜਿਹਾ ਦਬਾ ਦਿਆ ਕਰੋ। ਇਹਦੇ ਦਬਾਉਣ ਨਾਲ ਕੀ ਹੁੰਦਾ ਕਿ ਲੜ ਇੱਕ ਜਗ੍ਹਾ ਬੈਠ ਜਾਂਦਾ, ਅਤੇ ਇਸ ਲੜ ਨੂੰ ਵੀ ਆਪਾਂ ਹੁਣ ਮੋਟਾ ਕਰ ਲਾਂਗੇ ਥੋੜ੍ਹਾ ਜਿਹਾ। ਲਓ ਜੀ ਇਸ ਲੜ ਨੂੰ ਵੀ ਆਪਾਂ ਥੋੜ੍ਹਾ ਜਿਹਾ ਮੋਟਾ ਕਰ ਲਿਆ। ਤਾਂ ਤੁਸੀਂ ਹੁਣ ਪੱਗ ਦੀ ਸ਼ੇਪ ਸਾਰੀ ਦੇਖੋ, ਪਹਿਲਾਂ ਪੱਗ ਦੀ ਸ਼ੇਪ ਕਿੰਨੀ ਸੋਹਣੀ ਅਤੇ ਕਿੰਨੀ ਵਧੀਆ ਆਈ ਹੈ, ਕਿੱਥੇ ਕਿੱਥੇ ਲੜ ਆਪਣੇ ਨੇ ਉਹ ਜਿਹੜੇ ਸੈੱਟ ਹੋਏ ਨੇ ਕਿ ਕਿੱਦਾਂ ਨੇ। ਦੇਖੋ ਇਸ ਵਾਲੀ ਜਗ੍ਹਾ ਤੋਂ ਲੜ ਸਾਰੇ ਥੱਲੇ ਆ ਗਏ, ਠੀਕ ਹੈ, ਅਤੇ ਇਸ ਵਾਲੀ ਜਗ੍ਹਾ ਤੋਂ ਸਾਰੇ ਲੜ ਉੱਪਰ ਚੜ੍ਹ ਗਏ। ਅਤੇ ਹੁਣ ਆਪਾਂ ਕੀ ਕਰਨਾ, ਇੱਥੇ ਆਪਾਂ ਲਾ ਲਾਂਗੇ ਪੱਗ ਪਿੰਨ। ਬਹੁਤ ਸਾਰੇ ਵੀਰ ਕੀ ਕਰਦੇ ਨੇ, ਪੱਗ ਪਿੰਨ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਲਾਉਂਦੇ। ਪੱਗ ਦਾ ਸਹੀ, ਪੱਗ ਪਿੰਨ ਦਾ ਸਹੀ ਲਾਉਣ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ। ਇਸ ਵਾਲੀ ਜਗ੍ਹਾ ਤੋਂ ਨੱਕ ਦੀ ਸੀਧ ਤੋਂ ਥੋੜ੍ਹਾ ਜਿਹਾ ਅੱਗੇ ਇੱਧਰ ਟੇਢ ਦੇ ਵਿੱਚ ਪੱਗ ਪਿੰਨ ਲਾਉਣੀ ਇੱਧਰ ਨੂੰ, ਤਾਂ ਜੋ ਜਦੋਂ ਆਪਾਂ ਲੜ ਦਾ ਜ਼ੋਰ ਲਾਈਏ ਉਹ ਆਪਣੀ ਪੱਗ ਪਿੰਨ ਜਿਹੜੀ ਹੈ ਉਹ ਸਹੀ ਰਵੇ। ਇੱਦਾਂ ਕਰਕੇ ਪੱਗ ਪਿੰਨ ਲਾ ਲਈ। ਪੱਗ ਪਿੰਨ ਲਾਉਣ ਤੋਂ ਬਾਅਦ ਇਸ ਵੇਲੇ ਲੜ ਨੂੰ ਅੱਗੇ ਠੀਕ ਹੈ ਜੀ ਉੱਪਰ ਵਾਲੀ ਸਾਈਡ ਤੋਂ ਮਟੀਰੀਅਲ ਨੂੰ ਆਪਾਂ ਪਹਿਲਾਂ ਵੇਖ ਲੈਣਾ। ਉੱਪਰ ਵਾਲੇ ਮਟੀਰੀਅਲ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਅਤੇ ਇਸ ਵੇਲੇ ਲੜ ਨੂੰ ਲਾਉਣ ਦਾ ਤਰੀਕਾ ਤੁਸੀਂ ਦੇਖੋ। ਇੱਦਾਂ ਕਰ ਲਿਆ, ਇੱਦਾਂ ਕਰਨ ਤੋਂ ਬਾਅਦ ਲੜ ਨੂੰ ਚੰਗੇ ਤਰੀਕੇ ਨਾਲ ਪਹਿਲਾਂ ਖੋਲ੍ਹ ਲਿਆ। ਖੋਲ੍ਹ ਕੇ ਲੜ ਨੂੰ ਹਾਫ ਐਂਡ ਹਾਫ ਦੇ ਵਿੱਚ ਫੋਲਡ ਕਰ ਲੈਣਾ। ਅੱਧਾ ਲੜ ਆ ਗਿਆ, ਅੱਧਾ ਲੜ ਉਹਦੇ ਉੱਤੇ ਆ ਗਿਆ। ਹਾਫ ਐਂਡ ਹਾਫ 'ਚ ਫੋਲਡ ਕਰਦੇ ਹੋਏ ਇਸ ਵਾਲੀ ਜਗ੍ਹਾ ਤੋਂ ਇੱਦਾਂ ਇਸ ਲੜ ਨੂੰ ਇੱਦਾਂ ਖਿੱਚ ਲੈਣਾ, ਠੀਕ ਹੈ। ਇਸ ਲੜ ਦੇ ਵਿੱਚ ਬਹੁਤ ਵੀਰ ਗਲਤੀ ਕਰਦੇ ਨੇ ਕਿ ਜਿਹੜਾ ਆਹ ਵਾਲਾ ਲੜ ਹੈ ਇਹ ਇੱਦਾਂ ਹੀ ਲਾ ਦਿੰਦੇ ਨੇ, ਇੱਦਾਂ ਨਹੀਂ ਲਾਉਣਾ। ਇਸ ਵਾਲੇ ਲੜ ਨੂੰ ਜਦੋਂ ਆਪਾਂ ਹਾਫ ਐਂਡ ਹਾਫ ਦੇ ਵਿੱਚ ਕੀਤਾ ਸੀ ਤੁਸੀਂ ਇਹ ਚੀਜ਼ ਦਾ ਧਿਆਨ ਦੇਣਾ ਕਿ ਆਹ ਲੜ ਨੂੰ ਚੰਗੀ ਤਰੀਕੇ ਨਾਲ ਖੋਲ੍ਹਿਆ। ਖੋਲ੍ਹਣ ਤੋਂ ਬਾਅਦ ਹਾਫ ਐਂਡ ਹਾਫ 'ਚ ਜਦੋਂ ਆਪਾਂ ਤੈਅ ਕਰਾਂਗੇ, ਉੱਪਰ ਵਾਲੀ ਸਾਈਡ ਤੋਂ ਵੀ ਹਾਫ 'ਚ ਤੈਅ ਕਰਤਾ। ਤੈਅ ਕਰਨ ਤੋਂ ਬਾਅਦ ਜਦੋਂ ਆਪਾਂ ਲੜ ਲਾਉਂਦੇ ਨਾ, ਇਹਦੀ ਲੜ ਦੀ ਚੌੜਾਈ ਥੋੜ੍ਹੀ ਜ਼ਿਆਦਾ ਹੋਣੀ ਚਾਹੀਦੀ ਹੈ। ਜ਼ਿਆਦਾ ਹੋਣ ਨਾਲ ਕੀ ਹੋਏਗਾ ਕਿ ਆਪਣਾ ਥੱਲੇ ਵਾਲਾ ਜਿਹੜਾ ਲੜ ਢਿੱਲਾ ਰਹਿੰਦਾ, ਇਸ ਜਗ੍ਹਾ ਤੋਂ ਆਪਾਂ ਇਹਨੂੰ ਦੁਬਾਰਾ ਤੋਂ ਡਬਲ ਘੁਮਾ ਦਾਂਗੇ, ਗੋਲ ਕਰ ਦਾਂਗੇ ਕਿ ਲੜ ਆਪਣਾ ਜਿਹੜਾ ਅੱਖ ਤੋਂ ਥੋੜ੍ਹਾ ਜਿਹਾ ਮੋਟਾ ਹੋ ਜਾਵੇ। ਡਬਲ ਲੜ ਜਿਹੜਾ ਹੈਗਾ ਉਹ ਅੱਖ ਤੋਂ ਤਿਲਕੇਗਾ ਨਹੀਂ। ਅਤੇ ਉੱਪਰ ਵਾਲੀ ਸਾਈਡ ਤੋਂ ਇੱਦਾਂ ਕਰਕੇ ਲੜ ਨੂੰ ਖੋਲ੍ਹਦੇ ਹੋਏ ਆਪਾਂ ਵਧੀਆ ਤਰੀਕੇ ਨਾਲ ਲਾਉਣਾ। ਇੱਦਾਂ ਲੜ ਨੂੰ ਖੋਲ੍ਹ ਲੈਣਾ ਬੈਕ ਸਾਈਡ ਤੱਕ, ਅਤੇ ਲੜ ਦੇ ਵਿੱਚੋਂ ਜਿੰਨੇ ਵੱਟ ਵੁੱਟ ਨੇ ਸਾਰੇ ਆਪਾਂ ਉਹ ਕੱਢ ਲਾਂਗੇ। ਲਓ ਜੀ ਕੱਢ ਕੇ, ਅਤੇ ਉੱਪਰ ਵਾਲੀ ਸਾਈਡ ਤੋਂ ਜਿਹੜਾ ਹੈਗਾ ਆਪਾਂ ਇੱਦਾਂ ਕਰਕੇ ਲੜ ਨੂੰ ਸਾਫ਼ ਕਰ ਦਾਂਗੇ ਬਾਜ ਦੀ ਮਦਦ ਨਾਲ, ਕਿ ਆਪਣਾ ਲੜ ਜਿਹੜਾ ਸਾਫ਼ ਹੋ ਜਾਵੇ। ਅਤੇ ਇਸ ਲੜ ਨੂੰ ਉੱਤੋਂ ਤਰ੍ਹਾਂ ਫਿਰ ਖੋਲ੍ਹ ਦੇਣਾ। ਤੁਹਾਨੂੰ ਲੱਗੇ ਲੜ ਮੋਟਾ ਹੈ ਤਾਂ ਉਹਨੂੰ ਚੰਗੀ ਤਰੀਕੇ ਨਾਲ ਖੋਲ੍ਹ ਕੇ ਹੱਥ ਫੇਰ ਕੇ ਸਾਫ਼ ਕਰ ਲੈਣਾ। ਇੱਦਾਂ ਸਾਫ਼ ਕਰਦੇ ਹੋਏ ਇੱਥੋਂ ਤੱਕ ਲੜ ਨੂੰ ਲਿਆਂਦਾ। ਲੜ ਨੂੰ ਲਿਆਉਣ ਤੋਂ ਬਾਅਦ ਇੱਥੇ ਹੱਥ ਰੱਖ ਲਿਆ, ਹੱਥ ਰੱਖਦੇ ਹੋਏ ਪੱਗ ਪਿੰਨ ਦੇ ਉੱਪਰ ਇੱਥੋਂ ਲੜ ਨੂੰ ਘੁਮਾ ਦੇਣਾ। ਇੱਦਾਂ ਕਰਕੇ ਘੁਮਾ ਕੇ ਇੱਦਾਂ ਲੜ ਨੂੰ ਖੋਲ੍ਹ ਦੇਣਾ। ਲੜ ਨੂੰ ਬਿਲਕੁਲ ਸਿੱਧਾ ਜਿਹਾ ਕਰਕੇ ਆਪਾਂ ਪੱਗ ਪਿੰਨ ਦੇ ਉੱਪਰੋਂ ਇੱਦਾਂ ਆਪਾਂ ਲਾ ਦੇਣਾ। ਚੰਗੀ ਤਰ੍ਹਾਂ ਨੱਪ ਕੇ
ਆਪਾਂ ਲਾ ਦਾਂਗੇ। ਲਓ ਜੀ ਉੱਪਰ ਵਾਲੀ ਸਾਈਡ ਤੇ ਆਪਾਂ ਪੱਗ ਬਿਨਾਂ ਲਾਣੀਆਂ ਨਹੀਂ ਭੁੰਨੀਆਂ। ਤੁਸੀਂ ਟੀ ਵਾਲੀਆਂ ਪੱਗ ਤੇ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਜਿਹੜਾ ਨਾ ਸਿਰ ਢਕਾਂਗੇ। ਸਿਰ ਢਕਣ ਦਾ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਸਿਰ ਆਪਾਂ ਕਿਵੇਂ ਢਕਦੇ ਹਾਂ। ਸਿਰ ਢਕਣ ਤੋਂ ਪਹਿਲਾਂ ਲੜ ਨੂੰ ਖੋਲ ਲਿਆ, ਲੜ ਨੂੰ ਖੋਲ ਕੇ ਇਸ ਵਾਲੇ ਲੜ ਨੂੰ ਖਿੱਚ ਪਾ ਲਈ। ਇਸ ਵਾਲੇ ਲੜ ਨੂੰ ਖਿੱਚ ਪਾਉਣ ਤੋਂ ਬਾਅਦ ਸਾਰੇ ਲੜਾਂ ਦੇ ਵਿੱਚ ਉੱਪਰ ਲੈ ਕੇ ਥੱਲੇ ਤੱਕ ਹੱਥ ਫੇਰ ਲੈਣਾ। ਜਿਹੜਾ ਵੀ ਲੜ ਆਪਣਾ ਕੋਈ ਦੱਬਿਆ ਉਹਨੂੰ ਆਪ ਪਿੱਛੋਂ ਬਾਹਰ ਕੱਢ ਲਾਂਗੇ ਇੱਦਾਂ ਕਰਕੇ। ਤੇ ਬਾਜ ਦੀ ਮਦਦ ਨਾਲ ਵੀ ਇਹ ਚੀਜ਼ਾਂ ਆਪਾਂ ਸੈੱਟ ਕਰ ਸਕਦੇ ਹਾਂ, ਲੇਕਿਨ ਆਪਾਂ ਉਂਗਲ ਦੀ ਮਦਦ ਨਾਲ ਹੀ ਸੈੱਟ ਕਰ ਰਹੇ ਹਾਂ, ਕਿਉਂਕਿ ਆਪਾਂ ਉੱਪਰ ਵਾਲੀ ਸਾਈਡ ਜ਼ਿਆਦਾ ਜਿਹੜੀ ਹੈ ਉਹ ਸਫਾਈ ਨਹੀਂ ਲੈ ਕੇ ਆਉਂਦੇ ਹੁੰਦੇ। ਇਸੇ ਕਰਕੇ ਆਪਾਂ ਇਸ ਲੜਾਂ ਨੂੰ ਬਰਾਬਰ ਕਰ ਲਿਆ। ਬਰਾਬਰ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋ ਇਸ ਵਾਲੇ ਲੜ ਨੂੰ ਚੰਗੇ ਤਰੀਕੇ ਨਾਲ ਆਪਾਂ ਖੋਲ ਲਿਆ ਏਦਾਂ ਕਰਕੇ, ਵਧੀਆ ਤਰੀਕੇ ਨਾਲ ਖੋਲ ਲੈਣਾ। ਖੋਲਦੇ ਇਸ ਪੱਲੇ ਦੇ ਥੱਲੇ ਆਪਾਂ ਇਸ ਲੜ ਨੂੰ ਪਾ ਦਾਂਗੇ। ਲਓ ਜੀ ਇਸ ਵਾਲੇ ਪੱਲੇ ਦੇ ਥੱਲੇ ਆਪਾਂ ਚੰਗੀ ਤਰ੍ਹਾਂ ਇਸ ਮਟੀਰੀਅਲ ਨੂੰ ਪਾਤਾ। ਮਟੀਰੀਅਲ ਨੂੰ ਪਾਉਣ ਤੋਂ ਬਾਅਦ ਅਗਲੇ ਵਾਲੇ ਪਾਸੇ ਜਿਹੜਾ ਆਪਣਾ ਲੜਾ ਹੈ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਅੰਗੂਠੇ ਦੀ ਮਦਦ ਨਾਲ ਪਹਿਲਾਂ ਦੱਬ ਦਾਂਗੇ। ਦੱਬਦੇ ਹੋਏ ਏਦਾਂ ਕਰਕੇ ਬੈਕ ਸਾਈਡ ਤੱਕ ਆਪਾਂ ਲੜ ਨੂੰ ਦੱਬਦੇ ਹੋਏ ਲੈ ਕੇ ਆਵਾਂਗੇ। ਉਂਗਲਾਂ ਦੀ ਮਦਦ ਨਾਲ ਤੇ ਅੰਗੂਠੇ ਦੀ ਮਦਦ ਨਾਲ ਆਪਾਂ ਚੰਗੇ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਲੜ ਨੂੰ ਜਿਹੜਾ ਕੀ ਹੈ ਦਬਾ ਲੈਣਾ, ਅਗਲੇ ਪਾਸੋਂ ਵੀ ਤੇ ਪਿਛਲੇ ਪਾਸੇ ਤੱਕ। ਤੇ ਇਸ ਵਾਲੇ ਲੜ ਨੂੰ ਏਦਾਂ ਪੋਲੇ ਤਰੀਕੇ ਨਾਲ ਖਿੱਚਣਾ। ਖਿੱਚਣ ਤੋਂ ਬਾਅਦ ਤੁਸੀਂ ਇੱਕ ਚੀਜ਼ ਦਾ ਧਿਆਨ ਦੇਣਾ ਕਿ ਜਿਹੜੇ ਆਪਣੇ ਲੜ ਨੇ ਇਹ ਵਾਲੇ ਨੇ ਇਹਨਾਂ ਨੂੰ ਸਿੰਗਲ ਸਿੰਗਲ ਕਰਕੇ ਵੀ ਇੱਕ ਵਾਰੀ ਖਿੱਚ ਲੈਣਾ, ਉਹਦੇ ਨਾਲ ਕੀ ਹੈਗਾ ਸਿਰ ਤੇ ਜਿਹੜੀ ਹੈ ਉਹ ਕਸ ਆ ਜਾਏਗੀ। ਚੰਗੇ ਤਰੀਕੇ ਨਾਲ ਕਸ ਆ ਗਈ, ਉੱਪਰ ਵਾਲੇ ਪਾਸੋਂ ਵੇਖ ਲੈਣਾ ਹੱਥ ਮਾਰ ਕੇ ਕਿ ਕਿਤੋਂ ਆਪਣਾ ਲੜ ਜਿਹੜਾ ਹੈਗਾ ਉਹ ਉੱਪਰ ਵਾਲੇ ਪਾਸੋਂ ਢਿੱਲਾ ਤਾਂ ਨਹੀਂ ਹੈਗਾ। ਢਿੱਲਾ ਨਾ ਹੋਵੇ ਤਾਂ ਉਹਨੂੰ ਆਪਾਂ ਕੀ ਕਰਨਾ ਇਸ ਥੋੜ੍ਹੀ ਜਗ੍ਹਾ ਤੋਂ ਫੋਲਡ ਕਰਕੇ ਅੰਦਰ ਵਾਲੀ ਸਾਈਡ ਖਿੱਚ ਕੇ ਲੜ ਦੂੰ ਏਦਾਂ ਕਰਕੇ ਵਿੱਚ ਲਾ ਦੇਣਾ। ਤੇ ਪੱਗ ਦੀ ਤੁਸੀਂ ਹੁਣ ਸ਼ੇਪ ਡਿਜ਼ਾਇਨਿੰਗ ਦੇਖ ਸਕਦੇ ਹੋ ਕਿ ਤੁਸੀਂ ਤੁਹਾਨੂੰ ਲੱਗੇ ਪੱਗ ਦੀ ਜਿਹੜੀ ਸ਼ੇਪ ਸੈੱਟ ਨਹੀਂ ਤੁਹਾਨੂੰ ਨਾਲ ਦੀ ਨਾਲ ਸੈੱਟ ਕਰ ਲਈ। ਆਪਾਂ ਉੱਪਰ ਵਾਲੇ ਪਾਸੋਂ ਵੀ ਮਟੀਰੀਅਲ ਸੈੱਟ ਕਰਕੇ ਚੰਗੀ ਤਰੀਕੇ ਨਾਲ ਤੁਸੀਂ ਦੇਖੋ ਸਿਰ ਵੀ ਆਪਣਾ ਟੱਕਿਆ ਗਿਆ ਅਤੇ ਬੈਕ ਸਾਈਡ ਤੱਕ ਇੱਦਾਂ ਹੱਥ ਫੇਰ ਕੇ ਆਪਾਂ ਲੜ ਨੂੰ ਵੀ ਸਾਫ਼ ਕਰ ਲਿਆ। ਦੇਖੋ ਜੀ ਇਹ ਸੀ ਚੌਥਾ ਅਤੇ ਪੰਜਵਾਂ ਲੜ ਮੋਟਾ ਜਿਹੜਾ ਵੀਰਾਂ ਦਾ ਹੋ ਜਾਂਦਾ ਸੀ। ਇਹ ਉਹਨਾਂ ਵੀਰਾਂ ਵਾਸਤੇ ਵੀਡੀਓ ਸੀ ਜਿਹੜੇ ਜਿਹੜੇ ਵੀਰਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ, ਜਿਹੜੇ ਜਿਹੜੇ ਵੀਰਾਂ ਦਾ ਇੱਦਾਂ ਲੜ ਮੋਟਾ ਹੋ ਜਾਂਦਾ ਵੇ, ਅਗਰ ਤੁਹਾਨੂੰ ਸਲਿਊਸ਼ਨ ਤੁਹਾਡਾ ਹੋ ਜਾਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਿਓ। ਅਗਰ ਸਲਿਊਸ਼ਨ ਨਾ ਹੋਵੇ ਤਾਂ ਫਿਰ ਵੀ ਮੈਨੂੰ ਤੁਸੀਂ ਕਮੈਂਟ ਕਰਿਓ, ਫਿਰ ਮੈਂ ਤੁਹਾਨੂੰ ਨਵੇਂ ਤਰੀਕੇ ਨਾਲ ਜਿਹੜੇ ਹੈਗੇ ਹੈਗੇ ਲੜ ਲਾਉਣਾ ਦੱਸਾਂਗਾ, ਕਿਉਂਕਿ ਇਹ ਵੈਸੇ ਸੌਖਾ ਤਰੀਕਾ ਹੈ। ਬਾਕੀ ਆਪਾਂ ਟਰਾਈ ਕਰਦੇ ਰਹਿੰਦੇ ਹਾਂ ਇਸ ਤੋਂ ਵੀ ਸੌਖੇ ਤਰੀਕੇ ਲੱਭਾਂਗੇ। ਠੀਕ ਹੈ ਜੀ, ਪੱਗ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਈ ਹੈ। ਅਤੇ ਜਿਹੜੇ ਜਿਹੜੇ ਵੀਰਾਂ ਨੂੰ ਲੜ ਲਾਉਣਾ ਨਹੀਂ ਆਉਂਦਾ ਸੀ ਅਗਲੇ ਪਾਸੋਂ ਕਲਗੀ ਲੜ, ਮੋਰਨੀ ਲੜ, ਜੋ ਵੀ ਤੁਸੀਂ ਕਹਿੰਦੇ ਹੋ, ਅਗਰ ਤੁਹਾਨੂੰ ਉਹ ਲਾਉਣਾ ਨਹੀਂ ਆਉਂਦਾ ਸੀ ਤਾਂ ਉਹ ਵੀ ਤੁਸੀਂ ਦੇਖ ਲਿਆ ਆਪਾਂ ਕਿੱਦਾਂ ਲਾਇਆ, ਕਿੰਨੇ ਵਧੀਆ ਤਰੀਕੇ ਨਾਲ ਲਾਇਆ। ਅਤੇ ਇੱਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਯਾਰਾਂ ਮਿੱਤਰਾਂ ਦੇ ਵਿੱਚ,
ਗਰੁੱਪਾਂ ਦੇ ਵਿੱਚ ਸ਼ੇਅਰ, ਕਿਉਂਕਿ ਗਰੁੱਪਾਂ ਦੇ ਵਿੱਚ ਸ਼ੇਅਰ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ। ਯਾਰਾਂ ਦੋਸਤਾਂ ਤੱਕ ਸ਼ੇਅਰ ਕਰੋਗੇ ਤੇ ਉਹ ਵੀਡੀਓ ਇੱਦਾਂ ਦੇ ਬੰਦਿਆਂ ਤੱਕ ਪਹੁੰਚੇ ਕਿ ਜਿਹੜੇ ਜਿਹੜੇ ਵੀਰ ਪੱਗ ਸਿੱਖਣਾ ਚਾਹੁੰਦੇ ਨੇ। ਆਪਣਾ ਮੇਨ ਮੋਟਿਵ ਇਹੀ ਹੈ ਕਿ ਪੱਗ ਆਪਾਂ ਜਿੰਨੀ ਹੋ ਸਕੇ, ਜਿੰਨੀ ਮਿਹਨਤ ਕਰ ਸਕੀਏ ਆਪਾਂ ਪੱਗ ਸਿਖਾਈਏ, ਤੇ ਇੱਦਾਂ ਹੀ ਪਿਆਰ ਸਤਿਕਾਰ ਦਿੰਦੇ ਰਹੋ। ਮੈਂ ਵਾਰ ਵਾਰ ਕਹਿੰਦਾ ਕਿ ਬਹੁਤ ਤੁਸੀਂ ਪਿਆਰ ਦੇ ਰਹੇ ਹੋ, ਤੇ ਜਿਹੜੇ ਜਿਹੜੇ ਵੀਰ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਫੋਲੋ ਜ਼ਰੂਰ ਕਰ ਲਓ ਇੰਸਟਾਗ੍ਰਾਮ 'ਤੇ ਜਾ ਕੇ। ਇੰਸਟਾਗ੍ਰਾਮ ਦੇ ਉੱਪਰ ਬਹੁਤ ਸਾਰੇ ਵੀਰ ਕਮੈਂਟ ਕਰਦੇ ਨੇ ਅਤੇ ਉਹ ਬਹੁਤ ਵਧੀਆ ਲੱਗਦਾ, ਅਤੇ ਬਹੁਤ ਸਾਰੇ ਵੀਰ ਅੱਛੇ ਅੱਛੇ ਜਿਹੜੇ ਕਮੈਂਟ ਕਰਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏਗੀ, ਅਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ ਚੈਨਲ 'ਤੇ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਵੇ, ਅਤੇ ਇੰਸਟਾਗ੍ਰਾਮ 'ਤੇ ਫਿਰ ਮੈਂ ਕਹਿ ਰਿਹਾ ਫੋਲੋ ਕਰ ਲਓ। ਅਤੇ ਉਮੀਦ ਕਰਦਾ ਇਸ ਵੀਡੀਓ ਚੰਗੀ ਲੱਗੀ ਹੋਏਗੀ, ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਕੇ ਦੱਸਣਾ ਇਹਨੂੰ ਵਿੱਚ ਕਿਹੜਾ ਪਾਵੇ। ਫਿਰ ਵੀ ਪੱਗ ਬੰਨਦੇ ਟਾਈਮ, ਪਰਨਾ ਬੰਨਦੇ ਟਾਈਮ ਕੋਈ ਵੀ ਦਿੱਕਤ ਆਵੇ, ਤੁਸੀਂ ਮੈਨੂੰ ਕਮੈਂਟ ਬੋਕਸ 'ਚ ਕਮੈਂਟ ਕਰੋ, ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਵਾਂਗਾ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।